ਬਦਨੀ ਨੂੰ ਹਾਕਿਮ ਬਣਾ ਛੋੜ ਆਏ, ਅੱਲਾ ਮਦਨੀ ਨੂੰ ਹਾਕਿਮ ਬਣਾ ਛੋੜ ਆਏ, ਅੱਲਾ ਮਦਨੀ ਨੂੰ ਹਾਕਿਮ ਬਣਾ ਛੋੜ ਆਏ, ਨਾਲੇ ਨਬੀਆਂ ਦਾ ਖਾਤਿਮ ਬਣਾ ਛੋੜ ਆਏ, ਅੱਲਾ ਮਦਨੀ ਨੂੰ ਹਾਕਿਮ ਬਣਾ ਛੋੜ ਆਏ, ਖੋਲ ਮਨ ਮਦਨੀ ਨੂੰ ਜੱਜ ਜੇ ਤੂੰ ਹੈ ਮੁਸਲਮਾਨ, ਐਵੇਂ ਹੋਰਾਂ ਨੂੰ ਸਿਰ ਤੇ ਚੜਾ ਛੋੜ ਆਏ, ਐਵੇਂ ਹੋਰਾਂ ਨੂੰ ਸਿਰ ਤੇ ਚੜਾ ਛੋੜ ਆਏ, ਅੱਲਾ ਮਦਨੀ ਨੂੰ ਹਾਕਿਮ ਬਣਾ ਛੋੜ ਆਏ, ਮੈਂ ਕੁਰਬਾਨ ਜਾਵਾਂ ਤਵੱਜੋ ਕਰਨਾ, ਰੱਬ ਦੀ ਵਕਾਰ ਗੌਰ ਕਰਦੇ ਜਾਣਾ ਦਰਾਂ, ਫਰਮਾਇਆ ਹੱਤਾ ਯੁ ਹਕੀਮੂਗਾ ਫੀਵਾ ਸ਼ਜਰ ਬੈਨਾ ਹੁਮ ਸੁਮ ਕੁਰਬਾਨ ਜਾਵਾਂ ਸੁਮ ਲਾ ਯਜਿਦੂ ਫੀਆ ਤਮਵੇ 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 ਸੁਮ ਲਾ ਯਜਿਦੂ ਫੀਆ ਖੁਸੇ ਗਿਆ, ਪਰ ਮੈਂ ਜਦੋਂ ਮੇਰੇ ਨਬੀ ਨੂੰ ਹਾਕਮ ਮੰਨ ਲਓ ਆਪਣੇ ਫੈਸਲੇ ਦਾ ਝਗੜਾ ਮੇਰੇ ਨਬੀ ਕੋਲੋਂ ਕਰਵਾ ਲਓ ਜਾਂਦਾ ਫਿਰ ਕੀ ਕਰਨਾ ਹੈ, ਫਰਮਾਇਆ ਸਿਰ ਆਪਣੇ ਦਿਲ ਵਿੱਚ ਘੁਟਣ ਮਹਿਸੂਸ ਨਹੀਂ ਕਰਨੀ, ਆਪਣੇ ਦਿਲ ਵਿੱਚ ਕਰਾਹਤ ਮਹਿਸੂਸ ਨਹੀਂ ਕਰਨੀ, ਉਦੋਂ ਤੋਂ ਮੰਨਦਾ ਹੈ ਵਿੱਚੋਂ ਨਹੀਂ ਮੰਨਦਾ, ਕਈ ਬੰਦੇ ਜਿਹਦੇ ਬੜੇ ਤੋਂ ਆ ਕਰੋ ਅੱਲਾ ਇੱਜ਼ਤਿਆਂ ਤੋਂ ਬਚਾਏ ਜਿਹੜੇ ਉਦੋਂ ਮਿੱਠੇ ਹੋਣ ਵਿੱਚੋਂ ਸੱਪ ਹੋਣ, ਤਾਸੀਰ ਚੰਗੀ ਤੇ ਬੰਦਿਆਂ ਵਿੱਚੋਂ ਕਈ ਬੰਦੇ ਹੈ ਨਿੰਜਦੇ ਵਿੱਚੋਂ ਗੰਦੇ ਜਿਉ ਤੋਂ ਤਸਵੀਰ ਚੰਗੀ, ਉਹ ਚੰਗਾ ਉਸ ਜਿਸ ਬੰਦੇ ਦੀ ਹੋਵੇ ਅਖੀਰ ਚੰਗੀ, ਅੱਲਾ ਦੁਆ ਕਰਿਆ ਕਰ ਅੱਲਾ ਇਹਨਾਂ ਦੇ ਮੱਥੇ ਨਾ ਲਾਵੇ ਜਿਹੜੇ ਵਿੱਚੋਂ ਸੱਪ ਹੋਣ ਉਦੋਂ ਮਿੱਠੇ ਮਿੱਠੇ ਆਵਣ, ਅੱਲਾ ਇਹਨਾਂ ਕੋਲੋਂ ਬਚਾ ਕੇ ਹੀ ਰੱਖੇ, ਅੱਲਾ ਦੁਗਲਿਆਂ ਕੋਲੋਂ ਬਚਾ ਕੇ ਰੱਖੇ, ਹਜ਼ੂਰ ਨਬੀ ਕਰੀਮ ਅਲੈਹਿਸਸਲਾਮ ਨੇ ਫਰਮਾਇਆ ਹੈ, ਆਕਾ ਫਰਮਾ ਅੱਲਾ ਪਾਕ ਫਰਮਾਉਂਦੇ ਨੇ ਫਰਮਾਇਆ ਫੀ ਮਾ ਸ਼ਜਰਾ ਬੈਨਾ ਹੁਮ ਸੁਮ ਲਾ ਯਜਿਦੂ ਫੀਆ ਖੁਸੇ ਗਿਆ, ਮੇਰਾ ਸੋਹਣਾ ਫੈਸਲਾ ਕਰ ਦੇ, ਫੈਸਲਾ ਕਰਨ ਤੋਂ ਬਾਅਦ ਆਪਣੇ ਦਿਲ ਵਿੱਚ ਘੁਟਣ ਨਾ ਮਹਿਸੂਸ ਕਰੇ, ਉੱਤੋਂ ਵੀ ਮੰਨ ਲੈ ਤੇ ਵਿੱਚੋਂ ਵੀ ਮੰਨ ਲੈ, ਕਮੀ ਵਾਲੇ ਦਾ ਫੈਸਲਾ ਸਾਰੀ ਵੀ ਮੰਨ ਲੈ ਤੇ ਬਾਦਰੀ ਵੀ ਮੰਨ ਲੈ, ਕਮੀ ਵਾਲੇ ਉੱਤੋਂ ਵੀ ਜੱਗ ਮੰਨ ਲੈ ਤੇ ਵਿੱਚੋਂ ਵੀ ਮੰਨ ਲੈ, ਬਸ ਨਹੀਂ 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 ਇੱਕ ਹੋਰ ਤਮਗਾਇਆ ਜੇ ਫਰਮਾਇਆ ਵਾਯੂ ਸੱਲੇ ਵਾਯੂ ਸੱਲੇ ਸਿਰ ਦੀਆਂ ਵਾਲਾਂ ਤੋਂ ਰੱਖੇ ਪੈਰਾਂ ਦੇ ਅੰਦਰ ਪਿਆਂ ਤੱਕ ਮੇਰੇ ਪੈਗੰਬਰ ਦੀ ਅਦਾਲਤ ਦੇ ਕਟਹਿਰੇ ਵਿੱਚ ਆਪਣੇ ਆਪ ਨੂੰ ਖੜਾ ਕਰ ਦੇਵੇ, ਮਾਪਾ
ਜਿਵੇਂ ਤੁਸੀਂ ਫੈਸਲਾ ਕਰਦੇ ਜਾਓਗੇ ਮੈਂ ਮੰਨਦਾ ਚਲਾ ਜਾਵਾਂਗਾ। ਬਸ ਨਹੀਂ ਇੱਕ ਹੋਰ ਗੱਲ ਗਾਇਆ ਦੇ ਕਮੀ ਵਾਲੇ ਦੀ ਹਰ ਗੱਲ ਅੱਗੇ ਆਪਣਾ ਦਾਮਨ ਝੁਕਾ ਦੇਣਾ ਹੈ, ਆਪਣੀਆਂ ਸੋਚਾਂ ਝੁਕਾ ਦੇਣੀਆਂ ਨੇ। ਨਬੀ ਪਾਕ ਅੱਗੇ ਘੇਰ ਤੁਰੇ ਜਾਣ, ਤੁਸੀਂ ਮਗਰ ਮਗਰ ਤੁਰੇ ਜਾਣ ਹੈ। ਕਮੀ ਵਾਲੇ ਨੂੰ ਇਹ ਨਹੀਂ ਪੁੱਛਣਾ ਕਿਉਂ ਪੈ ਕਰਦੇ ਜੇ, ਕਿਵੇਂ ਪੈ ਕਰਦੇ ਜੇ, ਕਿਹੜੀ ਗੱਲੋਂ ਪੈ ਕਰਦੇ ਜੇ, ਮੈਂ ਗੱਲ ਕਰਾਂ ਮੈਨੂੰ ਕਹਿ ਕਿਉਂ, ਕੋਈ ਹੋਰ ਖਤੀਬ ਗੱਲ ਕਰੇ ਉਹਨੂੰ ਕਹਿ ਕਿਉਂ, ਕੋਈ ਜੱਜ ਗੱਲ ਕਰੇ ਉਹਨੂੰ ਕਹਿ ਕਿਉਂ, ਸਾਰੀ ਦੁਨੀਆਂ ਨੂੰ ਕਿਉਂ ਕਹਿਣਾ ਜੈ ਜੈ ਨਬੀ ਪਾਕ ਕੋ ਕਿਉਂ ਕਹਿਣਾ ਜਾਇਜ਼, ਨਬੀ ਪਾਕ ਕੇ ਕਿਉਂ ਕਹਿਣਾ ਜਾਇਜ਼ ਨਹੀਂ। ਮੁਹੰਮਦ ਮੁਹੰਮਦ ਪਕਾਉਂਦਾ ਜਲਾ ਜਾ, ਮੁਹੰਮਦ ਸੱਲਾਹੁ ਅਲੈਹਿ ਸੱਲਮ, ਮੁਹੰਮਦ ਮੁਹੰਮਦ ਪਕਾਉਂਦਾ ਜਲਾ ਜਾ, ਇਹੋ ਗੀਤ ਸੰਸਾਮ ਗਾਉਂਦਾ ਜਲਾ ਜਾ, ਮੁਹੰਮਦ ਮੁਹੰਮਦ ਪਕਾਉਂਦਾ ਜਲਾ ਜਾ, ਮੁਸਲਮਾਨ ਬਣ ਜਾ, ਮੁਸਲਮਾਨ ਹੋ ਜਾ, ਮੁਸਲਮਾਨ ਬਣ ਜਾ, ਮੁਸਲਮਾਨ ਹੋ ਜਾ, ਨਬੀ ਜੀ ਦੀ ਸੁਨਤ ਤੋਂ ਕੁਰਬਾਨ ਹੋ ਜਾ, ਤੇ ਬਿਦਅਤ ਦੇ ਸਰ ਖਾਕ ਪਾਉਂਦਾ ਜਲਾ ਜਾ, ਤੇ ਬਿਦਅਤ ਦੇ ਸਰ ਖਾਕ ਪਾਉਂਦਾ ਜਲਾ ਜਾ, ਮੁਹੰਮਦ ਮੁਹੰਮਦ ਪਕਾਉਂਦਾ ਜਲਾ ਜਾ, ਇਹੋ ਗੀਤ ਸੰਸਾਮ ਗਾਉਂਦਾ ਜਲਾ ਜਾ। ਅੱਲਾ 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 ਖਾਲਕੀ ਕਾਇਨਾਤ ਦਾ ਕੁਰਾਨ ਹੈ, ਫਰਮਾਇਆ ਅਊਜ਼ੁ ਬਿੱਲਾਹਿ ਮਿਨਸ਼ ਸ਼ੈਤਾਨਿਰ ਰਜੀਮ, ਫਲਾ ਰੱਬਿਕਾ ਲਾ ਯੁਮਿਨੂਨਾ ਹੱਤਾ ਯੁਹਕਿਮੂਕਾ ਫੀਮਾ ਸ਼ਜਰਾ ਬੈਨਹੁਮ ਲੜਦੇ ਚੰਗੇ ਨਹੀਂ ਲੱਗਦੇ, ਆਪਾਂ ਝਗੜਦੇ ਚੰਗੇ ਨਹੀਂ ਲੱਗਦੇ, ਲੜਨ ਉਹ ਜਿਹੜੇ
ਜਿਨ੍ਹਾਂ ਕੋਲ ਕਮਲੀ ਵਾਲਾ ਨਾ ਹੋਵੇ, ਲੜਨ ਉਹ ਜਿਨ੍ਹਾਂ ਕੋਲ ਨਬੀ ਪਾਕ ਦੀ ਰਹਿਮਤ ਨਾ ਹੋਵੇ। ਆਈ ਵਾਯੂ ਸੱਲੇ ਮੋ ਤਸਲੀਮਾ।
ਹੀ ਨਹੀਂ ਦਿੱਤਾ ਜਿਵੇਂ ਨਬੂਤ ਤੇ ਪੂਰੇ ਬੰਦ ਨੇ। ਇਹਨੇ ਮੂਮਨ ਵਾਸਤੇ ਬਾਕੀ ਰਾਹ ਵੀ ਬੰਦ ਨੇ। ਮੂਮਨ ਬੰਦਾ ਨਬੀ ਪਾਕ ਨੂੰ ਜੱਜ ਨਾ ਮੰਨੇ, ਆਪ ਦਾ ਫੈਸਲਾ ਨਾ ਮੰਨੇ, ਉਹਦੇ ਵਾਸਤੇ ਦੂਜਾ ਰਾਹ ਹੀ ਕੋਈ ਨਹੀਂ, ਆਪਸ਼ਨ ਹੀ ਕੋਈ ਨਹੀਂ, ਦੂਜਾ ਰਸਤਾ ਹੀ ਕੋਈ। ਮੁਝੇ ਇਹ ਸਮਝ ਨਹੀਂ ਆਤੀ ਕਿ ਹਮਾਰੀ 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 ਬਰਬਾਦੀ ਕਾ ਸਬਸੇ ਬੜਾ ਸਬਬ ਹਮੇ ਨਜ਼ਰ ਆਤਾ ਹੈ, ਕੋਈ ਬਤਾਤਾ ਕਿਉਂ ਨਹੀਂ ਹੈ, ਕੋਈ ਦੱਸਣ ਨੂੰ ਤਿਆਰ ਨਹੀਂ, ਘੁਸੜਨ ਨੂੰ ਤਿਆਰ ਨਹੀਂ। ਸਾਡੀ ਬਰਬਾਦੀ ਦਾ ਸਭ ਤੋਂ ਵੱਡਾ ਸਬਬ ਦੇਵੇ, ਅਸੀਂ ਕਲਮਾ ਤੇ ਨਬੀ ਪਾਕ ਦਾ ਪੜ੍ਹਿਆ, ਨਬੀ ਪਾਕ ਨੂੰ ਮਿੰਬਰ ਦਾ ਖਤੀਬ ਤੇ ਮੰਨਿਆ, ਨਬੀ ਪਾਕ ਨੂੰ ਮੁਸੱਲੇ ਦਾ ਇਮਾਮ ਤੇ ਮੰਨਿਆ, ਲੇਕਿਨ ਨਬੀ ਪਾਕ ਨੂੰ ਅਦਾਲਤ ਦਾ ਜੱਜ ਅਸੀਂ ਨਹੀਂ ਮੰਨਿਆ। ਔਰ ਹਮਾਰੀ ਬਰਬਾਦੀ ਇਸੀ ਲਈ ਹੈ। ਕੁਰਾਨ ਕਹਿੰਦਾ ਹੈ ਮੂਮਨ ਬੰਦੇ ਲਈ ਦੂਸਰਾ ਆਪਸ਼ਨ ਹੈ ਹੀ ਕੋਈ ਨਹੀਂ, ਹੈ ਹੀ ਕੋਈ ਦੂਸਰਾ ਰਸਤਾ ਨਹੀਂ, ਬਸ ਸਿਰਫ ਰਸੂਲਲਾ ਦੀ ਬਾਤ ਮੰਨ ਕੇ, ਬਸ ਰਸੂਲਲਾ ਫੈਸਲਾ ਕਰਦੇ ਨਾ, ਤੇ ਮੂਮਨ ਬੰਦੇ ਲਈ ਦੂਸਰਾ ਰਾਹ ਹੀ ਕੋਈ ਨਹੀਂ ਹੈਗਾ। ਇੱਥੇ ਵੀ ਗੱਲ ਵਿੱਚ ਆ ਕੁਰਾਨ ਵੀ ਕੁਰਾਨ ਵੀ ਲਿਖਾ ਹੈ, ਕਹਾਂ ਲਿਖਾ ਹੈ, ਸੁਦਾ ਦਾ ਦਾ ਖੋਲੀਏ, ਮਮਈਆ ਕੁ ਸੁਮਾਰਾ ਨਿਕਾਲੀਏ, ਫਰਮਾਇਆ وَمَا كَانَ لِمُؤْمِنٍ وَلَا مُؤْمِنَةٍ مَا كَانَ لِمُؤْمِنٍ وَلَا مُؤْمِنَةٍ إِذَا قَضَى اللَّهُ وَرَسُولُهُ أَمْرًا فَرْمَايَا مُؤْمِن بَندے لئی تے مومن عورت لئی دوجا آپشن کوئی نہیں، دوجا راہ کوئی نہیں، دوجا ਕੋਈ ਨਹੀਂ ਗੁਰਸਤਾ ਹੈ ਕਿ ਕਮਲੀ ਵਾਲਾ ਜੋ ਫੈਸਲਾ ਕਰਦੇ ਗਏ ਉਹ ਮੰਨ ਰਿਹਾ ਕਰੋ, ਮਹਬੂਬ ਜੋ ਕਹਿੰਦੇ ਉਹਦੇ ਤੇ ਅਮਲ ਕਰ ਰਿਹਾ ਕਰੋ। ਅੱਲਾ ਦਾ ਮੈਂ ਕੁਰਬਾਨ ਦਾਵਾਂ, ਕਿਉਂ ਕਿਸ ਵਾਸਤੇ, ਇਸ ਵਾਸਤੇ ਕਿ ਅੱਲਾ ਪਾਕ ਨੇ ਮੇਰੇ ਪੈਗੰਬਰ ਨੂੰ ਆਦਿਲ ਬਣਾਇਆ ਹੈ, ਮੇਰੇ ਪੈਗੰਬਰ ਨੂੰ ਹਦੀਸ ਬਣਾਇਆ ਹੈ, ਮੇਰੇ ਪੈਗੰਬਰ ਨੂੰ ਅੱਲਾ ਪਾਕ ਨੇ ਰਊਫ ਬਣਾਇਆ ਹੈ, ਮੇਰੇ ਪੈਗੰਬਰ ਨੂੰ ਅੱਲਾ ਪਾਕ ਨੇ ਰਹੀਮ ਬਣਾਇਆ ਹੈ, ਮੇਰੇ ਪੈਗੰਬਰ ਨੂੰ ਅੱਲਾ ਪਾਕ ਨੇ ਨਰਮ ਦਿਲ ਬਣਾਇਆ ਹੈ। ਅੱਲਾ ਦੀ ਕਸਮ ਹੈ, ਸਕਾ ਪਾਪ ਆਪਣੇ ਖਲੋਤੇ ਪੁੱਤਰ ਦਾ ਵੀ ਇੰਨਾ ਖਿਆਲ ਨਹੀਂ ਕਰ ਸਕਦਾ ਜਿੰਨਾ ਖਿਆਲ ਕੰਮੀ ਵਾਲੇ ਨੇ ਆਪਣੀ ਉਮਰ ਦਾ ਕਰ ਛੱਡਿਆ ਹੈ। ਇਸ ਬਾਤ ਦੇ ਲੋਕੋ, ਹਰ ਅਦਾਲਤ ਵਿੱਚ ਤੁਹਾਨੂੰ ਕੁਝ ਨਾ ਕੁਝ ਹੋ ਸਕਦਾ ਹੈ, ਲੇਕਿਨ ਕੰਮੀ ਵਾਲੇ ਦੀ ਅਦਾਲਤ ਵਿੱਚ ਹਰ ਫੈਸਲਾ ਇਨਸਾਫ਼ ਤੇ ਹੋਏਗਾ। ਆਪ ਇਸ ਬਾਤ ਕਾ ਅੰਦਾਜ਼ਾ ਕਿਉਂ ਨਹੀਂ ਲਗਾਤੇ ਕਿ ਉਹ ਅੱਲਾਹ ਕੇ ਨਬੀ ਇਤਨੇ ਆਦਿਲ ਥੇ, ਜਿਹਨੇ ਅੱਜ ਦੁਨੀਆ ਤੇ ਦੋ ਪੁੱਟੀਆਂ ਕੀਤੀਆਂ ਹੋਣ ਨਾ, ਉਹਨੂੰ ਦੋ ਪੁੱਟੀਆਂ ਦੇ ਦਰਮਿਆਨ ਉਹਦੇ ਕੋਲ ਇਨਸਾਫ਼ ਨਹੀਂ ਹੁੰਦਾ, ਅਦਲ ਨਹੀਂ ਹੁੰਦਾ। ਇੱਧਰ ਵਾਲੀ ਕਹਿੰਦੀ ਹੈ ਸਾਰਾ ਕੁਛ ਉਸ ਮਾਂ ਨੂੰ ਦੇ ਜਾਂਦਾ ਹੈ, ਉੱਧਰ ਵਾਲੀ ਕਹਿੰਦੀ ਹੈ ਸਾਰਾ ਕੁਛ ਉਸ ਮਾਂ ਨੂੰ ਦੇ ਜਾਂਦਾ ਹੈ। ਇਹ ਦੋਵੇਂ ਬੇਟੀਆਂ ਕੀਮਤਾਂ ਹੀ ਕਰਦੀਆਂ ਰਹਿੰਦੀਆਂ ਨੇ, ਲੇਕਿਨ ਕਦੀ ਆਪ ਨੇ ਇਸ ਬਾਤ ਪਰ ਗੌਰ ਕੀਤਾ ਕਿ ਰਸੂਲ ਅੱਲਾ ਕੀ ਨੌ ਬੀਵੀਆਂ ਥੀ, ਆਪ ਦੁਨੀਆਂ ਸੇ ਚਲੇ ਗਏ, ਕਦੀ ਕਿਸੀ ਬੀਵੀ ਨੇ ਇਹ ਨਹੀਂ ਕਿਹਾ ਕਿ ਨਬੀ ਪਾਕ ਨੇ ਮੇਰੇ ਸਾਥ ਗੈਰ ਇਨਸਾਫੀ ਕੀ ਹੈ। ਇਤਨਾ ਬੜਾ ਆਦਿਲ ਹੁਕਮਰਾਨ, ਇਤਨਾ ਬੜਾ ਆਦਿਲ ਜੱਜ ਕਿ ਜਿਸਨੇ ਆਪਣੀ ਬੀਵੀਆਂ ਕੇ ਦਰਮਿਆਨ ਦੀ ਕਦੀ ਗੈਰ ਸੈਯਦਾ ਆਇਸ਼ਾ ਸਦੀਕਾ ਰਜ਼ੀ ਅੱਲਾਹ ਤਾਨ ਫਰਮਾਉਂਦੀਆਂ ਨੇ ਆਖਰੀ ਬਿਮਾਰੀ ਨਬੀ ਪਾਕ ਸਲਾਤੁ ਵਸਲਾਮ ਜ਼ਿੰਦਗੀ ਦੇ ਆਖਰੀ ਜਾਮ ਨੇ ਨਬੀ ਪਾਕ ਦੇ ਤੇ ਆਪ ਉੱਤੇ
بیماری اتنی غالب آ گئی ہے, اتنی بیماری غالب آ گئی ہے کہ نبی پاک کو ٹریا بھی نہیں جانتا. ایک صحابی نے درسارا دیتا ہے, ایک نے درسارا دیتا ہے, آپ لے کر کے معاشر گجرے وچ لے کے آئے نے تے نبی پاک کو قدم چکے نہیں جانتے تے میرے نبی دے پیر دی کر کے زمین تے کسڑ دے پیرے. لیکن میرے پیغمبر بار بار پوچھ دے رہے اینا انا قدن اینا انا قدن اینا انا قدن کی مانا میں کل کس بیوی دے گھر ہوواں گا, میں کل کس بیوی دے گھر ہوواں گا کی مانا. اینی بیماری دے وچ وی میرے پیغمبر پوچھ دے پیرے کیوں پوچھ دے پیرے. اصل وچ نبی پاک چاہتے رہے میں اپنی بیماری تے جاؤں, میں شاید گھر وچ گزارا. لیکن اتنی بیماری دے باوجود اللہ دے نبی اپنی ہر بیوی دے گھر وچ دیوالی والے دن جاندے پے نے, غیر انصافی نہیں کردے پے. او جنے فیصلے اتے اللہ پاک نے دنیا دے قانون بنا دتے نے, اس نبی نے اپنی بیویاں توں پوچھ کے معاشہ دے گھر دا انتخاب کیتا ہے, اپنی مرضی نال انتخاب نہیں کیتا. اتنے بڑے عادل میرے پیغمبر, اتنے بڑے منصف میرے پیغمبر. اللہ دا میں قربان جاواں, اللہ دے دی وقار, اللہ پاک نے اپنے عادل بنا کے بھیجیا ہے. سیدنا نبی زیاد رضی اللہ تعالیٰ عنہ انہاں دے بیٹے نے, انہاں دا نام اسامہ. زید نبی پاک دے نال پیار ہے, اللہ دے نبی دا تے زید دا پیار سرور مثل بن گیا ہے. مکے وچ بندہ مثالاں دیندا ہے, یار محبت ہوے تے زید پر کیتے محمد رسول اللہ صلی اللہ علیہ وسلم کی. حتیٰ کہ لوگاں حضرت زید نو زید پر محمد کہنا شروع کر دیتا. تب اللہ پاک نے یاد نازل فرمائی مکان محمد نبا احد من رجالکم, یعنی نبی پاک حضرت زید لڑے نہ پیارے, حالانکہ زید نبی پاک دے غلام نے, زید اللہ دے نبی دے غلام نے. انصاف چیک کر میرے نبی دا, میرے نبی نے غلام نو اینا پیار دیتا, غلام نو لوکاں میرے نبی دا بیٹا کہنا شروع کر دیتا. یہ انصاف نہیں طور کیا ہے, یہ عدل نہیں طور کیا ہے, یہ محبت نہیں طور کیا ہے. اللہ حضرت زید دے بیٹے نے, انہاں دا نام اسامہ. اندازہ کرو نا باپ نال اتنی محبت تے بیٹے نال کتنی ہوئے گی. نبی پاک حضرت اسامہ نال بڑا پیار کرتے نے, مدینے جو مشہور ہے. جڑا کام بھی منانا ہوے اسامہ نوں بلا دیا کرو, اسامہ جی نبی پاک موڑ دے نہیں, اسامہ جا کے رسول اللہ کے گل کرن, رسول اللہ گل مان لیندے نے. میرے پیغمبر دی عدالت اندر فیصلہ آ گیا, عورت اودے وچ گلٹی ٹھہری, میرے پیغمبر نے ہاتھ کٹن دا حکم جاری فرما دتا. خاندان بڑا اونچا ہے, انہاں بہ کے آپ اندر سوچیا ساڈی بیوی دا ہاتھ کٹیا جائے گا, ساڈا نگ کٹیا جائے گا, برادری دے پلے کچھ نہیں رہ جائے گا. رسول اللہ کول کو بندہ کھلانے آ, سفارشی کھلانے آ, جا کے سفارش کر دے وے نا کہ نبی پاک کوئی ہور ڈر لگا دے. حضرت اسامہ تے نظر آئی, اسامہ جاؤ نا, سیدنا حضرت اسامہ آئے, السلام علیکم یا رسول اللہ. وعلیکم السلام. اسامہ کس لیے آئے ہو؟ بیٹھو, ریسٹ کرو, آرام کرو. فنا کا بھی قومی یا رسول اللہ, میرے ماں باپ آپ کر قربان اللہ کے میں بھوٹا بمبر, میں آپ سے کرنا چاہتا ہوں, پر میں بتا
स्वभाव क्या करना चाहते हो। बाबू मैं आपसे ये कहना चाहता हूँ, वो औरत जिसके बारे में आपने फैसला दिया था उसका हाथ काट दिया जाए। नबी मुस्कुरा रहे हैं, हंस के नबी पाक गल कर रहे हैं, मेरे पैगंबर के चेहरे पे सदैव मुस्कुराहट रहेगी। एक सहाबी बयान करता है, मैं जब भी नबी पाक पर देखे है, नबी पाक का तेरा तबस्सुम सदा देखे है, नबी पाक मुस्कुरा के गल पे सुन दे रहे हैं, इतों तक नबी पाक की मुस्कुरा कर रही। बाबा तुसी फैसला कीता है, जी बिल्कुल कीता है, मेरे नबी ने चुक के नजरों सामा की आंखों में जब खापा गया आका फरमाते रे अल्लाह ने मुझे ये रोबत आ किया है मेरा दुश्मन एक महीने की मुसाफत दूर खड़ा हो मेरे डर से कांपने लगता है। जब मेरे पैगंबर ने चुक के नबुव्वतियां नजरों यहूदियां
ਸੋਚਿਆ ਵੀ ਮੇਰੇ ਪੈਗੰਬਰ ਨੂੰ ਜੀਵ ਜੰਤ ਸਮਝਿਆ, ਤੂੰ ਕਿਉਂ ਨਹੀਂ ਮੰਨਦਾ, ਤੂੰ ਕਿਉਂ ਨਹੀਂ ਮੰਨਦਾ, ਤੂੰ ਕਿਉਂ ਨਹੀਂ ਮੰਨਦਾ ਮੇਰੇ ਨਬੀ ਨੂੰ ਜੱਜ, ਤੂੰ ਕਿਉਂ ਨਹੀਂ ਆਪਣੇ ਫੈਸਲੇ ਕਮੀ ਵਾਲੇ ਤੋਂ ਕਰਵਾਉਂਦਾ, ਅੱਲਾਹ ਤੇਰੀ ਬਕਾਰ ਹੈ। ਓਏ ਯਾਰੋ ਬੰਦੇ ਤੇ ਬੰਦੇ ਰਹਿ ਗਏ, ਮੇਰੇ ਨਬੀ ਕੋਲ ਤੇ ਜਾਨਵਰਾਂ ਵੀ ਆ ਕੇ ਫੈਸਲੇ ਕਰਵਾਏ ਨੇ, ਜਾਨਵਰਾਂ ਵੀ ਮੇਰੇ ਪੈਗੰਬਰ ਦੇ ਕੋਲ ਫੈਸਲੇ ਕਰਵਾਏ। ਇੱਕ ਊਠ ਆ ਗਿਆ, ਨਬੀ ਪਾਕ ਸਲਾਤੋ ਸਲਾਮ ਕੇ ਕੰਧੇ ਕੇ ਕਰੀਬ ਆ ਕਰ ਬੜਬੜਾਨੇ ਲਗਾ। ਸਹਾਬੀ ਬਿਆਨ ਕਰਦਾ ਹੈ, ਮੈਂ ਵੇਖਿਆ ਹੈ ਉਹਦੀਆਂ ਅੱਖਾਂ ਚ ਇੰਜ ਹੰਝੂ ਡਿੱਗਦੇ ਸਨ ਜਿਵੇਂ ਬੰਦੇ ਦੀਆਂ ਅੱਖਾਂ ਚ ਡਿੱਗਦੇ। ਰੋ ਰਿਹਾ, ਊਠ ਰੋ ਰਿਹਾ, ਅੱਲਾ ਮੈਂ ਕੁਰਬਾਨ ਜਾਵਾਂ। ਨਬੀ ਪਾਕ ਸਲਾਤੋ ਸਲਾਮ ਨੇ ਫਰਮਾਇਆ ਦੇ ਮਾਲਕ ਨੂੰ ਬੁਲਾਇਆ ਜਾਏ, ਮਾਲਕ ਬੁਲਾਇਆ ਗਿਆ। ਆਕਾ ਫਰਮਾਉਂਦੇ ਨੇ ਜਾਨਵਰ ਜਿਹੜਾ ਏ ਤੇਰੀ ਸ਼ਿਕਾਇਤ ਪਿਆ ਲਗਾਉਂਦਾ ਏ, ਚਾਰਾ ਥੋੜਾ ਦੇਣਾ ਏ, ਕੰਮ ਬਹੁਤਾ ਲੈਣਾ ਏ। ਇਨਸਾਨ ਦੀ ਫਿਤਰਤ ਏ, ਇਨਸਾਨ ਦੀ ਫਿਤਰਤ ਏ, ਜਦੋਂ ਕੰਮ ਨਿਕਲ ਜਾਵੇ ਦਿਨ ਦੀ ਪਹਿਲਾ ਰੋ। ਜਾਨਵਰ ਦੀ ਕੀ ਹੈਸੀਅਤ ਏ, ਇਨਸਾਨ ਦੀ ਫਿਤਰਤ ਦੇਖਦੀ ਏ। ਇਹਨੂੰ ਬੰਦੇ ਨਾਲ ਕੰਮ ਨਾ ਹੋਵੇ ਤੇ ਬੰਦੇ ਨੂੰ ਬੰਦਾ ਨਹੀਂ ਸਮਝਦਾ, ਇਹ ਤੇ ਬੰਦੇ ਨੂੰ ਬੰਦਾ ਨਹੀਂ ਸਮਝਦਾ। ਇਹ ਵੇਖਿਆ ਨੀ ਜੀ ਤੁਸੀਂ ਅੱਲਾ ਦਾ ਮੁਸ਼ਕਲ ਪੁਛਾ ਵੱਡਾ ਹੋ ਗਿਆ ਤੇ ਨਾਲ ਜਨਾਬ ਮਹਬੂਬੇ ਆਵਾਮ ਵੀ ਲਾ ਦਿੱਤਾ। ਕੱਲਾ ਬਿਨਯਾਮੀਨ, ਫਿਰ ਕੱਲਾ ਬਿਨਯਾਮੀਨ, ਫਿਰ ਕੱਲਾ ਕਾਰੀਫੀਜ ਹੈ ਰਹਿਮਤੁਲਲਾਹ। ਅੱਲਾ ਹਜ਼ਰਤ ਦੇ ਕਾਲੀ ਸਾਹਿਬ ਦੀ ਕਬਰ ਪਰ ਕਰੋੜੋ ਰਹਿਮਤੋਂ ਦਾ ਨੂਰ ਫਰਮਾਏ। ਅਸੀਂ ਬੜੇ ਮਤਲਬੀ ਲੋਕ ਹਾਂ, ਮਤਲਬ ਨਾ ਹੋਵੇ ਅਸੀਂ ਬੰਦੇ ਨੂੰ ਬੰਦੇ ਹੀ ਸਮਝਦੇ। ਕੰਮ ਹੋਵੇ ਤੇ ਨੂਰ ਮੁਹੰਮਦ, ਨਾ ਹੋਵੇ ਤੇ ਨੂਰਾ, ਨਾ ਵੀ ਸਿੱਧਾ ਨਹੀਂ ਲੈਂਦੇ। ਕੰਮ ਹੋਵੇ ਤੇ ਨੂਰ ਮੁਹੰਮਦ, ਨਾ ਹੋਵੇ ਤੇ ਨੂਰਾ, ਕੋਈ ਨਹੀਂ ਯਾਰ ਤੇ ਸੱਜਣ ਤੇ ਬੇਲੀ, ਜਦ ਕੰਮ ਹੋ ਜਾਵੇ ਪੂਰਾ। ਕੰਮ ਪਤਾ ਲੈਣਾ ਏ, ਚਾਰਾ ਥੋੜਾ ਪਾਣਾ ਏ। ਅੱਲਾ ਕਦਾ ਇਹਨਾਂ ਕਦਾ, ਅੱਲਾ ਜਾਣਦਾ ਏ ਵੀਹ ਡੰਗਰਾਂ ਦੇ ਪੱਠੇ ਗਦਾ ਲੈ ਕਰਕੇ ਆਉਂਦਾ ਹੈ, ਤੀਹ ਮੱਝਾਂ ਦੀ ਰੋਟੀ ਗਦਾ ਫੇਰ ਕਰਦਿਆਂ ਤੇ ਆਪਣੀ ਮੌਤ ਤੇ ਚੁੱਕ ਕਰਕੇ ਲੈ ਕਰਕੇ ਆਉਂਦਾ ਹੈ। ਲੇਕਿਨ ਮੈਂ ਜ਼ਿਮੀਦਾਰਾਂ ਨੂੰ ਵੇਖਿਆ ਹੈ ਜਿਹਨੇ ਪੂਰੀਆਂ ਤੀਹ ਮੱਝਾਂ ਦੇ ਪੱਠੇ ਲੈ ਕੇ ਆਉਂਦੇ ਨੇ, ਉਹਨੂੰ ਭਰਾ ਬੰਨ ਦਿੱਤਾ ਕਿਲੇ ਤੇ, ਪਾਣੀ ਵੀ ਨਹੀਂ ਪੁੱਛਿਆ, ਮੱਝਾਂ ਦੇ ਪੱਠੇ ਖਾਧੇ ਨੇ, ਉਹ ਗਦਾ ਵਿਚਾਰਾ ਧੁੱਪੇ ਬਣਿਆ ਰਿਹਾ ਹੈ। ਅਸੀਂ ਤੇ ਏਡੇ ਮਤਲਬ ਪਰਸਤ ਹੋ ਗਏ ਹਾਂ, ਅਸੀਂ ਤੇ ਜਾਨਵਰਾਂ ਤੇ ਜ਼ੁਲਮ ਕਰਨ ਲੱਗ ਪਏ ਹਾਂ। ਸ਼ਹਿਰਾਂ ਦੇ ਅੰਦਰ ਅੱਲਾ ਜਾਣਦਾ ਗਦੇ ਦੇ ਨਾਲ ਲੋਕਾਂ ਦੀਆਂ ਰੋਟੀਆਂ ਪੀਆਂ ਚੱਲਦੀਆਂ ਨੇ, ਕਈਆਂ ਘਰਾਂ ਦੇ ਚੁੱਲ੍ਹੇ ਗਦੇ ਨਾਲ ਚੱਲਦੇ ਨੇ। ਗਦਾ ਗਾੜੀ ਬਣਾਈਏ, ਖੋਤੀ ਰੇੜੀ ਬਣਾਈਏ, ਉੱਤੇ ਸਮਾਨ ਲੱਗਦਾ ਹੈ, ਲੋਕਾਂ ਨੂੰ ਦੇ ਕਰਕੇ ਆਉਂਦਾ ਹੈ, ਪੈਸੇ ਕਮਾਉਂਦਾ ਹੈ, ਦੌਲਤਾਂ ਕਮਾ ਰਿਹਾ ਹੈ। ਇਹ ਇੱਕ ਗੱਲ
ਦਾ ਜਾਨਵਰੇ ਵਿਚਾਰਾ ਇਹਨਾਂ ਕਾਨੂੰਨ ਜਾਨਵਰੇ ਸਾਡੇ ਮਾਸ਼ਰੇ ਦਾ ਕਈਆਂ ਘਰਾਂ ਦੇ ਚੁੱਲ੍ਹੇ ਪੈ ਵਰਦੇ ਨੇ ਦੀ ਵਜ੍ਹਾ ਤੋਂ ਲੇਕਿਨ ਤੂੰ ਬੇਖਲੋਤਾ ਹੁੰਦਾ ਹੈ ਇਹਨੂੰ ਕੋਈ ਪਾਣੀ ਪਿਲਾਉਣਾ ਵੀ ਪਸੰਦ ਨਹੀਂ ਕਰਦਾ ਤੇ ਕੋਈ ਗਦਾ ਕੀ ਕੋਈ ਗਦੇ ਦੀ ਤਾਰੀਫ ਵੀ ਨਹੀਂ ਕਰਦਾ ਹਰ ਕੋਈ ਸ਼ੇਰ ਸ਼ੇਰ ਕਹਿੰਦਾ ਫਿਰ ਜੋ ਇਨਸਾਨ ਦਾ ਦੁਸ਼ਮਣ ਹੈ ਇੱਥੇ ਆ ਕੇ ਸ਼ੇਰ ਤੁਸੀਂ ਕਿਉਂ ਕਹਿੰਦੇ ਕਿਤੇ ਨਜ਼ਰ ਆ ਰਿਹਾ ਤੁਸੀਂ ਜਿਹੜਾ ਤਾਂ ਸਾਹਮਣੇ ਆਉਂਦਾ ਤੇ ਚੀਰ ਫਾੜ ਕੇ ਪਰਾਂ ਕਰ ਲੈ ਫਿਰ ਸ਼ੇਰ ਔਰ ਗਦਾ ਜੋ ਪੂਰੇ ਮਾਸ਼ਰੇ ਕਾ ਬੋਝ ਉਠਾਤਾ ਹੈ ਉਹ ਤਾਂ ਹਰ ਬੰਦੇ ਘੜਾ ਹੀ ਸਮਝੇ ਗਿੰਦਾ ਹੀ ਸਮਝੇ ਕਿ ਚਰਗੋੜ ਦੇ ਵਿੱਚ ਪਰ ਕੇ ਲੰਘਣ ਵਾਲਾ ਲੱਤ ਮਾਰ ਕੇ ਲੰਘਦਾ ਹੈ ਲੋਕ ਕਿਲੇ ਮਤਲਬੀ ਅੱਲਾਹ ਦਾ ਕਈ ਬੰਦੇ ਤੇ ਇੰਨਾ ਭਾਰ ਲੱਗ ਜਿਹੜੇ ਵਿਚਾਰੇ ਤੇ ਵੀ ਉਹ ਭਾਰ ਬਹੁਤਾ ਹੁੰਦਾ ਨਾ ਤੇ ਉਹ ਜੰਮ ਤੋਂ ਲੱਗਣ ਲੱਗਿਆ ਨਾ ਤੇ ਉਹ ਪਿੱਛੋਂ ਰੇੜੀ ਤਾਂ ਚੁੱਕੀ ਜਾਂਦੀ ਤੇ ਖੋਤਾ ਵਿਚਾਰਾ ਬਲਾਈ ਮੂਡ ਤੇ ਲੱਗ ਜਾਂਦਾ ਖੋਤਾ ਲੱਗ ਅੱਲਾਹ ਜਾਨਵਰੋ ਕੇ ਜ਼ੁਲਮ ਨਾ ਕੀਆ ਕਰੋ ਅੱਲਾ ਅੱਲਾ ਮੈਂ ਕੁਰਬਾਨ ਜਾਵਾਂ ਮੇਰੇ ਨਬੀ ਰਹਿਮਤ 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 ਮੇਰੇ ਪੈਗੰਬਰ ਨੇ ਫਰਮਾਇਆ ਜਾਨਵਰਾਂ ਤੇ ਜ਼ੁਲਮ ਨਾ ਕਰਿਆ ਕਰੋ ਫਰਮਾ ਦੇ ਮਾਲਕ ਨੂੰ ਇਦਰਾ ਕਰ ਸੁਣ ਤੂੰ ਜ਼ੁਲਮ ਕਰਨਾ ਹੈ ਇਹਦੇ ਉੱਤੇ ਜ਼ੁਲਮ ਕਰਨਾ ਹੈ ਖਬਰਦਾਰ ਜੇ ਅੱਜ ਤੋਂ ਬਾਅਦ ਤੇਰੇ ਤੇ ਜ਼ੁਲਮ ਕੀਤਾ ਮੈਨੂੰ ਜਿੰਨਾ ਕੰਮ ਨਹੀਂ ਆਏ ਉਹਨਾਂ ਚਾਰਾ ਵੀ ਪਾਇਆ ਕਰ ਪਤਾ ਲੱਗਾ ਮੇਰੇ ਨਬੀ ਚੀਫ ਜਸਟਿਸ ਨੇ ਮੇਰੇ ਨਬੀ ਨੇ ਤੇ ਜਾਨਵਰਾਂ ਦੇ ਵੀ ਫੈਸਲੇ ਕਰ ਦਿੱਤੇ ਨੇ ਇਤਨੇ ਰਹਿਮਤ ਸਰਾਪਾ ਮੇਰੇ ਪੈਗੰਬਰ ਅੱਲਾ ਦਾ ਮੈਂ ਕੁਰਬਾਨ ਜਾਵਾਂ ਜਹਾਨੋਂ ਕੀ ਰਹਿਮਤ ਮੇਰੇ ਮੁਸਤਫਾ ਹੈ ਜਹਾਨੋਂ ਕੀ ਰਹਿਮਤ ਮੇਰੇ ਮੁਸਤਫਾ ਹੈ ਖੁਦਾਵੰਦ ਕੀ ਨੇਮਤ ਮੇਰੇ ਮੁਸਤਫਾ ਹੈ ਸਰਾਪੇ ਸਦਾਕਤ ਮੇਰੇ ਮੁਸਤਫਾ ਹੈ ਗਰੀਬੋਂ ਕੀ ਤਾਕਤ ਮੇਰੇ ਮੁਸਤਫਾ ਹੈ ਜ਼ੁਲਮ ਕੇ ਮੁਕਾਬਿਲ ਅਦਲ ਮੁਸਤਫਾ ਹੈ ਜ਼ਮੀਨ ਪਰ ਖੁਦਾ ਕਾ ਫਦਲ ਮੁਸਤਫਾ ਹੈ ਸਹਾਬਾ ਹੈ ਗੁਲ ਤੋਂ ਕਮਲ ਮੁਸਤਫਾ ਹੈ ਸਹਾਬਾ ਹੈ ਗੁਲ ਤੋਂ ਕਮਲ ਮੁਸਤਫਾ ਹੈ ਜ਼ਮਾਨੇ ਕੇ ਝਗੜੋਂ ਕਾ ਹੱਲ ਮੁਸਤਫਾ ਹੈ ਮੇਰੇ ਨਬੀ ਨੇ ਹੱਥ ਦਾ ਇਸ਼ਾਰਾ ਕਰ ਦਿੱਤਾ ਅੱਲਾ ਪਾਕ ਨੇ ਫੈਸਲਾ ਬਣਾ ਛੱਡਿਆ ਹੈ ਹਦੀਸ ਪਾਕ ਵਿੱਚ ਆਤਾ ਹੈ ਦੋ ਸਾਹੀ ਮਸਜਿਦ ਦੇ ਨਬੀ ਵਿੱਚ ਆਏ ਇੱਕ ਨੇ ਪੈਸੇ ਦੇਣੇ ਸਨ ਇੱਕ ਨੇ ਲੈਣੇ ਸਨ ਉਹ ਜਿਹਦੇ ਜਿਹਨੇ ਦੇਣੇ ਸਨ ਨਾ ਉਹ ਲੱਭਦਾ ਹੀ ਨਹੀਂ ਸੀ ਬੜਾ ਲੱਭਿਆ ਤੇ ਇੱਧਰ ਮਸੀਤੇ ਆਏ ਤੂੰ ਸਾਹੀ ਰਸੂਲ ਮਸੀਤੇ ਨਾ ਮੈਂ ਤਾਂ ਬੜਾ ਲੱਭਿਆ ਪੂਰਾ ਮਦੀਨਾ ਛਾਣਨ ਲੱਗਿਆ ਹੀ ਨਹੀਂ ਤੂੰ ਮਸੀਤੇ ਕੱਢ ਮੇਰੇ ਪੈਸੇ ਉਹ ਕਵੇ ਮੇਰੇ ਕੋਲ ਪੈਸੇ ਹੈ ਨਹੀਂ ਉਹ ਕਵੇ ਦੇ ਪੈਸੇ ਰੌਲਾ ਪੈ ਗਿਆ ਜਦੋਂ ਰੌਲਾ ਪੈ ਗਿਆ ਤੇ ਆਵਾਜ਼ਾਂ ਉੱਚੀਆਂ ਹੋ ਗਈਆਂ ਆਵਾਜ਼ਾਂ ਉੱਚੀਆਂ ਹੋਈਆਂ ਤੇ ਨਬੀ ਪਾਕ ਕਰ ਸਲਾਤ ਵ ਸਲਾਮ ਆਇਸ਼ਾ ਸਿੱਦੀਕਾ ਦੇ ਹੁਜਰੇ ਵਿੱਚ ਮੌਜੂਦ ਰਹੇ ਮੇਰੇ ਪੈਗੰਬਰ ਜੀ ਦਾ ਚੋਜਰੀ ਦਾ ਪਰਦਾ ਭਰਾ ਕੀਤਾ ਇਹ ਬੁਖਾਰੀ ਪੜ੍ਹ ਰਹਾ ਹੂੰ ਬੁਖਾਰੀ
ساری اللہ کے فضل سے مسند عالم بات کر رہا میں فارغ التحصیل میں فارغ التحصیل نہیں اللہ کا توجہ کرنا ہے کر کے ماشاء اللہ جڑے دا پردہ پران کیتا آقا فرماتے ہیں ہمیں شور کس بات کا ہے کس لیے باتیں بلند ہو رہی ہیں صحابی عرض کردا محبوب میں پیسے لینے نے مینوں پیسے نہیں دیندا پیا عرض کردا محبوب میرے کول ہے نہیں کوئی نہیں تے نبی پاک نے زبان تو کوئی گل ارشاد نہیں فرمائی اے دے پھر ور ویکھنا نبی پاک نے اپنا ہاتھ باہر کڈیا تے دوسرے ہاتھ نال اشارہ فرمایا اینج اینج نبی پاک نے اینج کر کے پردہ سٹ دتا اینج کر کے پردہ سٹ دتا صحابی عرض کردا محبوبا میں ادھے نو معاف کر دتے نے سونیا تواڈی زبان چو گل نہیں نکلی میں تواڈے ہتھاں نو وی اپنا جج منیا میں تواڈے ہتھاں دی حرکت نو وی اپنا جج منیا میں تواڈے ہتھاں دی شاعری نو بھی اپنا جج منیا ہے مطلب کو اے تنیوں نے سمندر وچ گھوڑے پا دتے سمندر راہ دے دتے ونا میرے پیغمبر دے اشارے نو بھی اپنا جج منیا اے تنی جنگلاں نے تنی دے چپ کر کے جنگل رات رہن واسطے خالی کر دتے ونا میرے نبی دیاں حرکتاں نو بھی اپنا جج منیا کائنات دے لوگو اے تنی آسمان تو نبیاں صفتاں تے قران آ گیا ونا میرے پیغمبر دیاں اداواں نو بھی اپنا جج منیا ہے ਅੱਜ ਅਸੀਂ ਕਲਮਾ ਬੜਾ ਪੜ੍ਹਦੇ ਹਾਂ ਹਜ਼ੂਰ ਦੀ ਨਾਮ ਤੇ ਬੜਾ ਝੂਮਦੇ ਹਾਂ ਪੈਸੇ ਸੁੱਟਦੇ ਹਾਂ ਤੇ ਪਤਾ ਨਹੀਂ ਕੀ ਕਰਦੇ ਹਾਂ ਲੇਕਿਨ ਅੱਲਾਹ ਦੇ ਨਬੀ ਕੋਲ ਫੈਸਲੇ ਨਹੀਂ ਕਰਵਾਉਂਦੇ ਹਦੀਸ ਪਾਕ ਅੰਦਰ ਆਉਂਦਾ ਹੈ ਇਬਨੇ ਮਾਜਾ ਦੀ ਰਵਾਇਤ ਤੇ ਚੰਦ ਆਖਰੀ ਬਾਤਾਂ ਨਬੀ ਪਾਕ ਦੇ ਸਲਾਮ ਫਰਮਾਉਂਦੇ ਨੇ ਲੋਕੋ ਪਰ ਇੱਕ ਐਸਾ ਜ਼ਮਾਨਾ ਆ ਜਾਏਗਾ ਜਦ ਉਹ ਆਪਣੇ ਫੈਸਲੇ ਕਿਤਾਬ ਸੁਨਨਤ ਦੇ ਮੁਤਾਬਿਕ ਨਹੀਂ ਕੀਆ ਕਰੇਗੇ ਮਹਬੂਬਾ ਫਿਰ ਕੀ ਹੋਏਗਾ ਫਰਮਾਇਆ ਫਿਰ ਅੱਲਾਹ ਦਾ ਅਜ਼ਾਬ ਇਹਨਾਂ ਉੱਤੇ ਆਏਗਾ ਆਪਸ ਵਿੱਚ ਲੜਨ ਲੱਗ ਜਾਣਗੇ ਆਪਸ ਵਿੱਚ ਦਸਤੋ ਕਿਰੇ ਬਹਾਨ ਹੋ ਜਾਣਗੇ ਇੱਕ ਦੂਸਰੇ ਦਾ ਕਿਰੇ ਬਹਾਨ ਪਕੜਨ ਲੱਗ ਜਾਣਗੇ ਅੱਜ ਅਸੀਂ ਪਕੜਨੇ ਆ ਕਿ ਨਹੀਂ ਪਕੜਦੇ ਕਿਰੇ ਬਹਾਨ ਅੱਜ ਅਸੀਂ ਲੜਨੇ ਆ ਕਿ ਨਹੀਂ ਲੜਦੇ ਬੱਚਾ ਇੱਕੋ ਹੀ ਕਿ ਸਾਡੇ ਫੈਸਲੇ ਕਿਤਾਬ ਸੁਨਨਤ ਦੇ ਮੁਤਾਬਿਕ ਨਹੀਂ ਆਓ ਯਾਰੋ ਆਓ ਕਮਲੀ ਵਾਲੇ ਨੂੰ ਆਪਣਾ ਜੱਜ ਮੰਨੀਏ ਅੱਲਾਹ ਐ ਕੁਰਾਨ ਵੇਖੋ ਨਾ ਯਾਰ ਇਹ ਹੁਕਮ ਨਹੀਂ ਜਿਵੇਂ ਫਦੇ ਇਹਦੇ ਵਿੱਚ ਹਰ ਝਗੜੇ ਦਾ ਹੱਲ ਹੈ ਲੇਕਿਨ ਮੇਰੀ ਕੌਮ ਦਾ ਮਸਲਾ ਇਸ ਕੁਰਾਨ ਵਿੱਚ ਜਿੰਨੀਆਂ ਤਾਂ ਸੱਚ ਬੋਲਣ ਦੀਆਂ ਨੇ ਸਾਰੀਆਂ ਅਸੀਂ ਹਿੰਮਤ ਕਰ ਲਈਆਂ ਸੱਚ ਯੂਰਪ ਤੇ ਯਹੂਦੀਆਂ ਬੋਲਣਾ ਸ਼ੁਰੂ ਕਰ ਦਿੱਤਾ ਇਸ ਕੁਰਾਨ ਪਾਕ ਵਿੱਚ ਜਿੰਨੀਆਂ ਮਾਨਵਦਾਰੀ ਦੀਆਂ ਆਇਤਾਂ ਨੇ ਸਾਰੀਆਂ ਅਸੀਂ ਹਿੰਮਤ ਕਰ ਲਈਆਂ ਅਮਾਨਵਦਾਰੀ ਹੋਰ ਯੂਰਪ ਤੇ ਸਾਰੀ ਬਹਿ ਗਏ ਇਸ ਕੁਰਾਨ ਪਾਕ ਵਿੱਚ ਜਿੰਨੀਆਂ ਤਾਂ ਇਮਾਨਦਾਰੀ ਦੀਆਂ ਨੇ ਉਹ ਸਾਰੀਆਂ ਤਾਂ ਅਸੀਂ ਤੇ ਸਾਡੇ ਬੱਚੇ ਹਿੰਮਤ ਕਰ ਲਈਆਂ ਅਮਾਨਵਦਾਰੀ ਤੇ ਇਮਾਨਦਾਰੀ ਦੇ ਨਾਲ ਉਹ ਕਾਫਰ ਲੈ ਗਏ ਉਹ ਲੋਕੋ ਉਹ ਹੈ ਯਹੂਦੀਏ ਪਰ ਆਪਣੇ ਕਲਾਕ ਟਾਈਮ ਤੇ ਜਾਂਦਾ ਹੈ ਉਹ ਹੈ ਯਹੂਦੀਏ ਪਰ ਆਪਣੇ ਜਨਾਬ ਕੰਮ ਤੇ ਟਾਈਮ ਨਾਲ ਜਾਂਦਾ ਹੈ ਹੈ ਉਹ ਗੈਰ ਮੁਸਲਮੇ ਮੰਦਰ ਟਾਈਮ ਨਾਲ ਜਾਂਦਾ ਹੈ ਹੈ ਉਹ ਗੈਰ ਮੁਸਲਮੇ ਬਾਬਤ ਕਦੇ ਵਿੱਚ ਟਾਈਮ ਨਾਲ ਜਾਂਦਾ ਹੈ ਉਹ ਗੈਰ ਮੁਸਲਮ ਹੋ ਕੇ ਵਕਤ ਦਾ ਪਾਬੰਦ ਹੋ ਗਿਆ ਅਸੀਂ ਮੁਸਲਮਾਨ ਹੋ ਕੇ ਆਪਣੀਆਂ ਨਮਾਜ਼ਾਂ ਦੇ ਟਾਈਮ ਵੀ ਨਹੀਂ ਸਿੱਧੇ ਕਰ ਸਕੇ ਜੇ ਕਦੀ ਨਾ ਮੁੱਕਦੀ ਹੈ ਦੂਸਰੇ ਦੀ ਜਮਾਤ ਖੜੀ ਹੋ ਜਾਂਦੀ ਹੈ ਅਜੇ ਦੂਸਰੇ ਦੀ ਜਮਾਤ ਵਿੱਚ ਆਉਂਦੀ ਹੈ ਕਿਤਾਬ ਮਬਾਕੀਤ
ہر کتاب میں ملے گا۔ بخاری میں کتاب المواقیت ہے، مسلم میں کتاب المواقیت ہے، ابو داؤد و ترمذی نسائی ابن ماجہ میں کتاب المواقیت ہے۔ حدیث دی ہر کتاب وچ نماز دے ٹائم مقرر کر دتے گئے نے، لیکن اسی نبی پاک دی گل منئیے تے نہ جا کے جتے ساری نمازاں دے ٹائم سجدے ہون، اسی اس قران تے مالک کر کر کے تبیت بناندے رہے یار بوالے سے قران تے مالک کر کے تے دنیا دا کام کردے رہے، جت نویں تو نویں کام کردے رہے، اسی کدوں سجدنا ہے کدے سجدہ تے آنا ہے۔ چل یار کوئی ہور ہمت نہیں کردا، اج میں مدنی مسجد وچ ہمت کرنا وا، چل اج میں رولا مکانا وا، اج ایسے ٹائم تے رولا مکا دے رہے ہاں، ایتھے بخاری لے کے رکھ رہے ہاں، ایتھے مسلم لے کے رکھ رہے ہاں، لڑائی فیصلہ کہنا ایسے مسجد اندر ایسے محک وچ ایتھے کھلو کے اصل دی اذان میں صلات پڑھ کے رکھاں گا، اے رب دا صدا تے تے جے نہیں تے پھر ہمت کرنی چاہیے نا، اگر حدیث وچ کوئی نہیں، اگر کمی والے نے دسی کوئی نہیں، اگر نبی پاک دے زمانے چ ہے ہی کوئی نہیں، پھر ہمت کرو نا، منو نا جج رسول اللہ نو، منو نا چیف جسٹس آمینا دے دربے جتی منو، تے مکاؤ نا اپنے روڑے، کرو نا اپنے جھگڑے ختم، ملک نو اتفاق دی ضرورت ہے، ملک نو لڑائیاں دی ضرورت نہیں، جدوں تک اسی مولوی کٹھے نہیں ہوواں گے امت کدی کٹھی نہیں ہو سکدی، امت کو ہم نے بکھیرا ہوا ہے، امت کو تک تک لڑیوں میں ہم نے پرویا ہوا ہے، ہمیں چاہیے کہ ہم اس امت کو رسول اللہ کی عدالت میں لے کر آئیں تاکہ فیصلے سارے سیدھے ہو جان۔ اس مسجد وچ بیٹھے والے میں ہر بندے نو دعوت عام دینا چاہنا وا، چلو یار تسی ساری گلاں چھڈ دیو، میں خادم اللہ دے دین دا، میں تمہیں قرار دس دتی ہے، اج تو بعد تسی اپ کتاباں کھول لو، اپ ہی پڑھو کتاباں نوں تسی کوئی
ਕੋਈ ਇੱਕ ਬੰਦਾ ਮੇਰੀ ਗੱਲ ਸੁਣ ਕੇ ਤੇ ਮੇਰੀ ਗੱਲ ਨਾਲ ਇਤਫਾਕ ਕਰਕੇ ਕੱਲ ਤੋਂ ਕੁਰਾਨ ਪੜ੍ਹਨਾ ਸ਼ੁਰੂ ਕਰ ਦੇਵੇ। ਕੰਬੀ ਵਾਲੇ ਦੀ ਹਦੀਸ ਦਾ ਤਰਜਮਾ ਵਾਕਿਆ ਦੌਰ ਦੇ ਵਿੱਚ ਮੌਜੂਦ ਹੈ। ਜਿੱਥੋਂ ਸਮਝਣਾ ਹੈ ਮੈਂ ਹਾਜ਼ਰ ਹਾਂ, ਮੈਂ ਚੱਲ ਕੇ ਆ ਕੇ ਸਰਕਾਰ ਨੂੰ ਤਿਆਰ ਹਾਂ, ਮੈਂ ਫੋਨ ਤੇ ਗੱਲ ਦੱਸਣ ਨੂੰ ਤਿਆਰ ਹਾਂ, ਮੈਂ ਸ਼ੇਖ ਹਦੀਸਾਂ ਕੋਲ ਲੈ ਕੇ ਜਾਣ ਨੂੰ ਤਿਆਰ ਹਾਂ। ਪਤਾ ਇਹ ਮੈਚ ਪੜਾ ਤੇ ਸਹੀ ਨਾ ਐਸ ਜੁਮੇ ਤੋਂ ਲੱਗ ਕੇ ਆਉਣ ਵਾਲੇ ਅਗਲੇ ਜੁਮੇ ਤੱਕ ਜੇ ਮੇਰੀ ਜ਼ਿੰਦਗੀ ਰੀਤੇ ਨਾ ਆਇਆ ਤੇ ਜੇ ਉਸ ਬੰਦੇ ਦੀ ਜ਼ਿੰਦਗੀ ਚ ਇਨਕਲਾਬ ਨਾ ਆਵੇ ਅਗਲੇ ਜੁਮੇ ਤੋਂ ਪਹਿਲਾਂ ਕੇਤਾ ਤੋਂ ਪਰਲੇ ਪਾਸੇ ਵੱਡਾ ਸਾਰਾ ਬੋਲ ਲੈ ਕੇ ਲਾ ਪਿਆ ਜੇ ਆ ਬੰਦਾ ਫੈਸਲਾ ਬਾਅਦ ਵਿੱਚ ਬਣਨਾ ਨਹੀਂ ਚਾਹੀਦਾ। ਇਸ ਬੰਦੇ ਦਾ ਫੈਸਲਾ ਬਾਅਦ ਵਿੱਚ ਕੰਮ ਕੋਈ ਨਹੀਂ ਦੁਨੀਆਂ ਜਾਨ ਪੇ ਜਾ ਰਹੀ ਹੈ, ਤੁਸੀਂ ਬਾਹਰ ਜ਼ਮਾਨ ਤੇ ਲੱਗੇ ਹੋ। ਵਾਹ ਗੁਰੂ।